ਮੈਂ ਤੇਰੇ ਬਾਝੋਂ ਕੀ ਪੁੱਗਣਾ ਹੈ, ਮੈਂ ਤੇਰੇ ਬਾਝੋਂ ਕੀ ਪੁੱਗਣਾ ਹੈ, ਖਿਲਾਵਾਂ ਅੰਦਰ ਕੀ ਉੱਗਣਾ ਹੈ, ਮੈਂ ਅੰਤ ਕਿਰਨਾ ਹੈ ਬੀਜ ਬਣ ਕੇ, ਜ਼ਰਾ ਕੁ ਸਿੱਲੀ ਜ਼ਮੀਨ ਰੱਖੀ, ਆਈ ਪੱਤਝੜ ਤਾਂ ਫੇਰ ਕੀ ਹੈ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀ, ਮੈਂ ਲੱਭ ਕੇ ਕਿਤਿਓਂ ਲਿਆਉਣਾ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਸੁਰਜੀਤ ਪਾਤਰ ਸਾਹਿਬ ਦੀਆਂ ਲਿਖੀਆਂ ਇਹਨਾਂ ਚੰਦ ਸਤਰਾਂ ਦੇ ਨਾਲ ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਹੀ ਹਾਰਦਿਕ ਅਤੇ ਨਿੱਘਾ ਸਵਾਗਤ ਹੈ। ਪਿਛਲੇ ਹਫ਼ਤੇ ਦੇ ਪ੍ਰੋਗਰਾਮ ਨੂੰ ਤੁਸੀਂ ਪਸੰਦ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਮੇਂ ਸਮੇਂ 'ਤੇ ਤੁਸੀਂ ਆਪਣੇ ਫੋਨ ਕਾਲਸ ਰਾਹੀਂ, ਈਮੇਲਸ ਰਾਹੀਂ ਸਾਨੂੰ ਉਤਸ਼ਾਹ ਦਿੰਦੇ ਰਹਿੰਦੇ ਹੋ, ਅਸੀਂ ਦਿਲੋਂ ਰਿਣੀ ਹਾਂ ਤੁਹਾਡੇ ਇਸ ਲਈ। ਅਤੇ ਅੱਜ ਇੱਕ ਹੋਰ ਨਵਾਂ ਨਕੋਰ ਐਪੀਸੋਡ ਲੈ ਕੇ ਹਾਜ਼ਰ ਹਾਂ। ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਐਪੀਸੋਡ ਵੀ ਤੁਸੀਂ ਪਸੰਦ ਕਰੋਗੇ। ਆਗਾਜ਼ ਕਰਨ ਜਾ ਰਹੇ ਹਾਂ ਅੱਜ ਦੇ ਇਸ ਪ੍ਰੋਗਰਾਮ ਦਾ ਇਸ ਗੀਤ ਦੇ ਨਾਲ। ਕੋਈ ਕਾਰੋਬਾਰ ਵੇਚਣਾ ਜਾਂ ਖਰੀਦਣਾ ਹੋਵੇ ਤਾਂ ਰਿਅਲਟੀ ਐਗਜ਼ੀਕਿਊਟਿਵ ਪੋਲਾਰਿਸ ਤੇ ਹਰਜੀਤ ਸੰਧੂ ਨਾਲ ਗੱਲ ਕਰੋ। ਭਰੋਸੇਮੰਦ, ਵਿਸ਼ਵਾਸ ਪਾਤਰ ਤੇ ਕਾਬਲ ਪਿਛਲੇ 12 ਸਾਲਾਂ ਤੋਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਬਿਲਡਰਸ ਤੋਂ ਨਵਾਂ ਘਰ ਖਰੀਦਣ ਅਤੇ ਮੋਰਗੇਜ ਵਗੈਰਾ ਲਈ ਵੀ ਤੁਹਾਡੀ ਪੂਰੀ ਤਰ੍ਹਾਂ ਸਹਾਇਤਾ ਕਰ ਸਕਦੇ ਨੇ। ਆਪਣੇ ਘਰ ਦੀ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਅੱਜ ਹੀ ਹਰਜੀਤ ਸੰਧੂ ਨੂੰ ਫੋਨ ਕਰੋ 780-233-3300 233-3100। ਜਾਂ ਫਿਰ ਵਿਜ਼ਿਟ harjeetsandhu.com। ਆਪਣੇ ਸੁਪਨਿਆਂ ਦੇ ਘਰ ਦੀ ਚਾਬੀ ਲਓ ਹਰਜੀਤ ਸੰਧੂ ਤੋਂ। ਵੈਲਕਮ ਟੂ ਆਰੀਆ ਬੈਂਕੁਏਟਸ ਫੈਸਿਲਿਟੀ। ਜੇਕਰ ਤੁਸੀਂ ਵੈਡਿੰਗਸ, ਰਿਸੈਪਸ਼ਨਸ, ਬਰਥਡੇ ਪਾਰਟੀਜ਼, ਲੇਡੀਜ਼ ਸੰਗੀਤ, ਕਾਰਪੋਰੇਟ ਈਵੈਂਟਸ, ਬਿਜ਼ਨਸ ਲੰਚ, ਹੋਲੀਡੇ ਪਾਰਟੀਜ਼, ਗ੍ਰੈਜੂਏਸ਼ਨ ਪਾਰਟੀਜ਼ ਲਈ ਕਿਸੇ ਵਧੀਆ ਬੈਂਕੁਏਟ ਹਾਲ ਦੀ ਤਲਾਸ਼ ਵਿੱਚ ਹੋ ਤਾਂ ਰਾਜਾ ਸਰਨਾ ਅਤੇ ਪਰਿਵਾਰ ਵੱਲੋਂ ਚਲਾਏ ਜਾਂਦੇ ਆਰੀਆ ਬੈਂਕੁਏਟ ਹਾਲ 'ਤੇ ਪਹੁੰਚੋ, ਜਿਨ੍ਹਾਂ ਨੂੰ 30 ਸਾਲ ਤੋਂ ਵੀ ਉੱਪਰ ਬੈਂਕੁਏਟ ਐਂਡ ਕੇਟਰਿੰਗ ਸਰਵਿਸਿਜ਼ ਦਾ ਤਜਰਬਾ ਹੈ। ਇਹ ਤੁਹਾਡੇ ਲਈ ਡੀਜੇ ਅਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਕਰ ਸਕਦੇ ਹਨ। ਆਰੀਆ ਬੈਂਕੁਏਟ ਫੈਸਿਲਿਟੀ ਆਲਸੋ ਹੈਜ਼ ਨਾਈਸ ਡਾਂਸ ਫਲੋਰਸ, ਲਾਈਵ ਫੂਡ ਸਟੇਸ਼ਨਸ, ਕਾਕਟੇਲ ਬਾਰ, ਗੈਸਟ ਲਾਊਂਜ ਐਂਡ ਪਲੰਟੀ ਆਫ ਪਾਰਕਿੰਗ। ਆਪਣੇ ਅਗਲੇ ਈਵੈਂਟ ਨੂੰ ਯਾਦਗਾਰ ਬਣਾਉਣ ਲਈ ਸੰਪਰਕ ਕਰੋ ਰਾਜਾ ਸਰਨਾ ਨਾਲ 780-905-4102, 780-905-4102, ਜਾਂ ਫਿਰ ਵਿਜ਼ਿਟ ਕਰੋ ਇਹਨਾਂ ਦੀ ਵੈਬਸਾਈਟ aariabanquetsfacility.com। ਫੈਂਸੀ ਡੋਰਸ ਐਂਡ ਮੋਲਡਿੰਗਸ ਤੋਂ ਰੈਜੀਡੈਂਸ਼ੀਅਲ ਇੰਟੀਰੀਅਰ ਐਂਡ ਐਕਸਟੀਰੀਅਰ ਡੋਰਸ, ਬਾਈਫੋਲਡਸ, ਕਲਾਊਨ ਮੋਲਡਿੰਗਸ, ਬੇਸਬੋਰਡਸ ਤੇ ਕੇਸਿੰਗ ਦੇ ਨਾਲ ਨਾਲ ਹਰ ਕਿਸਮ ਦੀਆਂ ਐਕਸੈਸਰੀਜ਼ ਤੇ ਲੌਕਸ ਵੀ ਲੈ ਸਕਦੇ ਹੋ। ਐਟ ਫੈਂਸੀ ਡੋਰਸ ਐਂਡ ਮੋਲਡਿੰਗਸ ਵੀ ਹੈਵ ਵਰਕਡ ਔਨ ਅ ਵਾਸਟ ਵੈਰਾਈਟੀ ਆਫ ਪ੍ਰੋਜੈਕਟਸ ਥਰੂਆਊਟ ਐਲਬਰਟਾ, ਫਰਮ ਕਾਂਡੋਸ, ਰੈਜੀਡੈਂਸ਼ੀਅਲ ਹਾਈ ਰਾਈਜ਼ਸ, ਹੋਮਸ ਐਂਡ ਮੈਨੀ ਕਮਰਸ਼ੀਅਲ ਪ੍ਰੋਜੈਕਟਸ। Our experienced team here at Fancy Doors and Moldings would like to assist you on your next project. Fancy Doors and Moldings, 4421 Roper Road, 780-432-7700. Fancy Doors and Moldings. ਔਥੈਂਟਿਕ ਈਸਟ ਇੰਡੀਅਨ ਕੁਜ਼ੀਨ, ਹਰ ਪ੍ਰਕਾਰ ਦੇ ਸਵਾਦਿਸ਼ਟ ਈਸਟ ਇੰਡੀਅਨ ਖਾਣੇ ਲਈ ਦਾਵਤ ਰੈਸਟੋਰੈਂਟ ਤੁਹਾਨੂੰ ਦਾਵਤ ਦਿੰਦਾ ਹੈ। ਹਰ ਤਰ੍ਹਾਂ ਦੀ ਕੇਟਰਿੰਗ ਦਾ ਵੀ ਪੂਰਾ ਪ੍ਰਬੰਧ ਹੈ। ਵਧੇਰੇ ਜਾਣਕਾਰੀ ਲਈ ਫੋਨ ਕਰੋ ਮਿੰਟੂ ਕਾਲੋ ਨੂੰ। Food's great. Really enjoying it. So I think the fact that we've been coming here for lunch every Friday. Diverse, it's good. Saag paneer, I think, is one of our favorites. 780-469-3517. White Avenue upar sthit Dawat.
10015 82nd Avenue. Dawat. Sandeep Furniture Edmonton vich 1993 to community nu serve kar rahe han. Customer service ate furniture di vadhiya selection. Paaji, tusi aaye ho nave te tax bharan da time aa gaya. Tusi apne tax purposes layi sirf KP accounting wale kol hi jana. Aa lo unna da card. Are you satisfied now? It's more than enough. Kapil ji, you're the best. Thank you, Kapil sir. Tusi te kamal karde ho. Thank you. Thank you very much. You're one of the best accountants I ever found. KP Accounting and Tax Services ਦਾ ਨਵਾਂ ਪਤਾ ਹੈ 9218 34th Avenue ਤੇ ਫੋਨ ਨੰਬਰ 7804692677. Sandeep Furniture has been an Edmonton staple for over 25 years, exclusively selling custom furniture brands like Ashley, Serta, Sealy. We are able to offer you high-quality products at amazing prices. We will meet or beat any advertised price. Visit us online at sandeepfurniture.ca, follow us on Facebook, or check us out in person at our massive showroom located at 9908 65 Ave. Car accident, immigration da koi bhi kaam hove, tusi kise bhi kisam di property khareedni ja vechni hove, process jog te siyane, barrister ate solicitor, surgeon Luthra Horan hamesha yaad rakho. Tuhaddi koi bhi kanooni samasya layi, tusi apne surgeon Luthra nu hamesha yaad rakho. In case ਤੁਹਾਨੂੰ ਸਾਡੀ ਹੈਲਪ ਦੀ ਜ਼ਰੂਰਤ ਹੋਵੇ ਤਾਂ ਵੀ ਆਰ ਆਲਵੇਜ਼ ਐਟ ਯੋਰ ਸਰਵਿਸ ਯੂ ਕੈਨ ਕਾਲ ਮੀ ਐਨੀ ਟਾਈਮ ਮਾਈ ਫੋਨ ਨੰਬਰ ਇਜ਼ 7804664660 ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਸਾਰੇ ਕਲਾਇੰਟਸ ਨੂੰ ਸੈਟਿਸਫਾਈਡ ਅਤੇ ਖੁਸ਼ ਦੇਖਾਂ ਜੀ ਹਾਂ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੁਥਰਾ ਲਾਅ ਆਫਿਸ ਭਾਜੀ ਤੁਸੀਂ ਆਏ ਹੋ ਨਵੇਂ ਤੇ ਟੈਕਸ ਭਰਨ ਦਾ ਟਾਈਮ ਆ ਗਿਆ ਤੁਸੀਂ ਆਪਣੇ ਟੈਕਸ ਪਰਪਸਸ ਲਈ ਸਿਰਫ ਕੇਪੀ ਅਕਾਊਂਟਿੰਗ ਵਾਲਿਆਂ ਕੋਲ ਹੀ ਜਾਣਾ ਆ ਲਓ ਉਹਨਾਂ ਦਾ ਕਾਰਡ ਆਰ ਯੂ ਸੈਟੀਸਫਾਈਡ ਨਾਓ ਇਟਸ ਮੋਰ ਦੈਨ ਇਨਫ ਕਪਿਲ ਜੀ ਯੂ ਆਰ ਦ ਬੈਸਟ ਥੈਂਕ ਯੂ ਕਪਿਲ ਸਾਹਿਬ ਤੁਸੀਂ ਤੇ ਕਮਾਲ ਕਰਦੇ ਹੋ ਥੈਂਕ ਯੂ ਵੈਰੀ ਮਚ ਯੂ ਆਰ ਵਨ ਆਫ ਦ ਬੈਸਟ ਅਕਾਊਂਟੈਂਟਸ ਆਈ ਹੈਵ ਐਵਰ ਫਾਊਂਡ ਕੇਪੀ ਅਕਾਊਂਟਿੰਗ ਐਂਡ ਟੈਕਸ ਸਰਵਿਸਿਜ਼ ਦਾ ਨਵਾਂ ਪਤਾ ਹੈ 9218 34th ਐਵੇਨਿਊ ਤੇ ਫੋਨ ਨੰਬਰ 7804692677 ਦੋਸਤੋ ਤੁਸੀਂ ਵੇਖ ਰਹੇ ਵਤਨ ਟੀਵੀ ਪ੍ਰੋਗਰਾਮ ਤੇ ਹੁਣ ਸਮਾਂ ਹੁੰਦਾ ਹੈ ਸਾਡੇ ਸੈਗਮੈਂਟ ਵਤਨ ਡਾਇਰੀ ਦਾ ਜਿਵੇਂ ਆਪ ਸਭ ਜਾਣਦੇ ਹੋ ਕਿ ਅਗਲੇ ਸਾਲ 2019 ਦੇ ਵਿੱਚ ਅਲਬਰਟਾ ਦੀਆਂ ਚੋਣਾਂ ਆ ਰਹੀਆਂ ਨੇ ਤੇ ਐਡਮਿੰਟਨ ਮੈਡਲਸ ਤੋਂ ਅਲਬਰਟਾ ਪਾਰਟੀ ਦੇ ਉਮੀਦਵਾਰ ਅੰਮ੍ਰਿਤ ਮਠਾਰੂ ਵੱਲੋਂ ਆਪਣੀ ਕੈਂਪੇਨ ਲਾਂਚ ਕੀਤੀ ਗਈ ਉਸ ਕੈਂਪੇਨ ਦੇ ਵਿੱਚ ਉਸ ਪ੍ਰੋਗਰਾਮ ਦੇ ਵਿੱਚ ਅਲਬਰਟਾ ਪਾਰਟੀ ਦੇ ਲੀਡਰ ਸਟੀਫਨ ਮੈਂਡਲ ਹੁਣੀ ਉੱਚੇ ਤੌਰ 'ਤੇ ਪਹੁੰਚੇ ਅਤੇ ਆਓ ਵੇਖਦੇ ਹਾਂ ਉਸ ਪ੍ਰੋਗਰਾਮ ਦੀਆਂ ਕੁਝ ਇੱਕ ਝਲਕੀਆਂ ਬੜੀ ਜਲਦੀ ਅਗਲੇ ਸਾਲ ਚੋਣਾਂ ਹੋਣ ਜਾ ਰਹੀਆਂ ਨੇ ਅਲਬਰਟਾ ਦੀਆਂ ਲੱਗਦਾ ਕਿ ਸ਼ਾਇਦ ਮਾਰਚ ਜਾਂ ਅਪ੍ਰੈਲ ਦੇ ਵਿੱਚ ਚੋਣਾਂ ਦਾ ਸੱਦਾ ਦਿੱਤਾ ਜਾਵੇ ਅਤੇ ਮਈ ਜੂਨ ਦੇ ਵਿੱਚ ਚੋਣਾਂ ਕਰਵਾਈਆਂ ਜਾਣ ਆਉਂਦੇ ਮਹੀਨਿਆਂ ਵਿੱਚ ਪਤਾ ਲੱਗੇਗਾ ਫਿਰ ਤੁਹਾਨੂੰ ਦੱਸਾਂਗੇ ਅਤੇ ਅੱਜ ਸਾਡੇ ਨਾਲ ਅੰਮ੍ਰਿਤ ਮਠਾਰੂ ਅਲਬਰਟਾ ਪਾਰਟੀ ਜਿਹੜੀ ਕਿ ਬਣੀ ਤਾਂ ਪਹਿਲਾਂ ਦੀ ਆ ਲੇਕਿਨ ਇਸ ਵੇਲੇ ਸਟੀਫਨ ਮੈਂਡਲ ਜਿਹੜੇ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਬੜੇ ਪਾਪੂਲਰ ਮੇਅਰ ਸੀ ਐਡਮਿੰਟਨ ਦੇ ਤਿੰਨ ਵਾਰ ਰਹਿ ਚੁੱਕੇ ਪੀ ਸੀ ਪਾਰਟੀ ਵਿੱਚੋਂ ਮੰਤਰੀ ਵੀ ਰਹਿ ਚੁੱਕੇ ਆ ਅਤੇ ਹੁਣ ਉਹ ਕਹਿ ਰਹੇ ਕਿ ਮੈਂ ਉਹਨਾਂ ਨੇ ਪ੍ਰੋਗਰੈਸਿਵ ਲਫਜ਼ ਛੱਡ ਦਿੱਤਾ ਪੀ ਸੀ ਨੇ ਅਤੇ ਮੈਂ ਪ੍ਰੋਗਰੈਸਿਵ ਹਾਂ ਅਤੇ ਇਸ ਕਰਕੇ ਆਪਣੀ ਅਲਬਰਟਾ ਪਾਰਟੀ ਜੁਆਇਨ ਕੀਤੀ ਆ ਉਹਨਾਂ ਨੇ ਵੋਹ ਹੈ ਵਿਦ ਅਸ ਆਵਰ ਪੈਸਟ ਮੇਅਰ ਸਟੀਫਨ ਮੈਂਡਲ ਪੈਸਟ ਹੈਲਥ ਮਿਨਿਸਟਰ ਐਂਡ ਨਾਓ ਲੀਡਰ ਆਫ ਅਲਬਰਟਾ ਪਾਰਟੀ ਐਂਡੋਰਸਿੰਗ ਹਿਸ ਕੈਂਡੀਡੇਟ ਅੰਮ੍ਰਿਤ ਮਠਾਰੂ Stephen, welcome. It's a pleasure to be here. It's an incredible crowd. It's wonderful to see so many people supporting Amrit. He's a wonderful candidate. He represents a great future of our province, a future of your community, and having young people like that on our team is incredibly important. So you have an idea when the election is going to be called, maybe March, April, May? Yeah. Well, the law that was passed by the previous government states that there's a window in which the government has to have the election. It can't be before March 1st and it can't be any later than May 31st. So then that 90-day window is when they have to have it. And really, fortunately, unfortunately, that's the Premier's decision and she will pick when it's probably best for her. But we hope at the end of the day it's not good for her. This Saturday, Shahar de Naujwan, Amrit Mathuru, unhane faisla kita ya ke oh run karange agliyan chunawan vich. ਐਡਮਿੰਟਨ ਮੈਡੋਜ਼ ਦੇ ਵਿੱਚੋਂ ਆਹ ਗੱਲਬਾਤ ਕਰਦੇ ਹਾਂ ਬੜਾ ਭਰਵਾਂ ਇਕੱਠ ਆ ਅੱਜ ਵੈਸੇ ਐਤਵਾਰ ਲੌਂਗ ਵੀਕਐਂਡ ਵੀ ਆ ਅਤੇ ਛੁੱਟੀ ਵਿੱਚ ਇਕੱਠੇ ਹੋਏ ਹਾਂ ਸਾਰੇ ਆਓ ਅੰਮ੍ਰਿਤ ਜੀ
ਕਿਵੇਂ ਤੁਸੀਂ ਫੈਸਲਾ ਕੀਤਾ ਇਸ ਪਾਰਟੀ ਦੇ ਨਾਲ ਆਉਣ ਦਾ, ਜੁਆਇਨ ਕਰਨ ਦਾ? ਪਹਿਲਾਂ ਸਭ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਇੱਥੇ ਇਵੈਂਟ 'ਤੇ ਆਉਣ ਨੂੰ ਅਤੇ ਸਪੋਰਟ ਕਰਨ ਵਾਸਤੇ। ਐਂਡ ਸਿੰਪਲ ਜਿਹਾ ਰੀਜ਼ਨਸ ਹੈਗਾ ਬਾਈ ਕਿ ਆਪਣੀ ਪ੍ਰੋਵਿੰਸ ਨੂੰ ਜਿਹੜੀ ਹੈਗੀ ਆ ਸਹੀ ਡਾਇਰੈਕਸ਼ਨ ਨਹੀਂ ਮਿਲ ਰਹੀ ਹੈਗੀ ਦੋਨੀ ਪਾਸਿਓਂ, ਰਾਈਟ। NDP ਜਿਹੜੇ ਹੈਗੇ ਆ ਉਹ ਪੈਸਾ ਜ਼ਿਆਦਾ ਖਰਚ ਰਹੇ ਹੈਗੇ ਆ, ਸੋਸ਼ਲ ਆਪਣੀ ਬਜਟ ਜਿਹੜੀ ਆ ਸੰਭਾਲ ਨਹੀਂ ਰਹੇ ਹੈਗੇ। PCs ਜਿਹੜੇ ਹੈਗੇ ਔਰ UCPs ਜਿਹੜੇ ਹੈਗੇ ਆ ਉਹ ਚਾਹੁੰਦੇ ਹੈਗੇ ਕਿ ਸੋਸ਼ਲੀ ਆਪਾਂ ਸਟ੍ਰਿਕਟ ਹੋ ਜਾਈਏ ਪੂਰੀ ਤਰ੍ਹਾਂ ਅਤੇ ਫਾਈਨੈਂਸ਼ਲੀ ਜਿਹੜੀ ਆ ਕੱਟ ਡਾਊਨ ਕਰਨ ਲੱਗ ਪਈਏ। ਦੋਨੀ ਪਾਸਿਓਂ ਕੋਈ ਸਵਾਲ ਜਿਹੜਾ ਹੈਗਾ ਇਹ ਕੋਈ ਐਂਸਰ ਜਿਹੜਾ ਵਧੀਆ ਨਹੀਂ ਹੈਗਾ ਸਾਨੂੰ, ਰਾਈਟ। ਸਿੰਪਲ ਰੀਜ਼ਨ ਇਹ ਸੀਗਾ ਰਨ ਕਰਨ ਵਾਸਤੇ। ਟੈਲ ਆਵਰ ਵਿਊਅਰਸ ਅਬਾਊਟ ਯੂਰ ਬੈਕਗ੍ਰਾਊਂਡ ਪਲੀਜ਼। ਸੋ ਆਈ ਐਮ ਅ ਬੈਚਲਰਸ ਆਫ ਕਾਮਰਸ ਇਨ ਮਾਰਕੀਟਿੰਗ। I actually am also the General Secretary of Gurdwara Millwoods as well as the Chairman of the Ramgarhia Khalsa School here, and I still hold those positions as well. Among others, it's been volunteering with the Nagarkirtan Committee. Past, I've been actually the head of the first aid unit. And now, recently, I had actually the opportunity of coming back and serving on the Nagarkirtan Committee as well. आज की ये रात करे दूर अंधेरा, दीप जले ऐसे लगे जैसे सवेरा। प्यार की सौगाते हो, तारों की बाराते हो, दूरी की नवाते हो, बस मुलाकाते हो, सबको यही देती संदेशा। नमस्कार, हिंदू सोसाइटी की तरफ से दिवाली डिनर अरेंज कर रहे हैं हम लोग, विच इज़ ऑन 19th ऑफ अक्टूबर फ्राइडे एट 6:30 PM ऑनवर्ड्स एट मेरिडियन बैंकवेट हॉल। सो एज यू कैन सी ऑन द पोस्टर, द एडल्ट टिकट्स इज $45, चाइल्ड टिकट इज $25 फ्रॉम 7 to 12, एंड अंडर 6 आर फ्री। एंड प्लीज कम एंड सपोर्ट अस, वी हैव अ लॉट्स ऑफ डोर प्राइजेस एंड वी हैव लॉट्स ऑफ ट्रेडिशनल कॉस्ट्यूम ड्रेस प्राइजेस। सो प्लीज कम एंड वी ऑल ऑन बिहाफ ऑफ हिंदू सोसाइटी ऑफ अल्बर्टा इन्वाइट यू ऑल टू कम and meet any board member to get a ticket. Please come for dinner. Support Hindu Society of Alberta. ਨਵਾਂ ਜਾਂ ਪੁਰਾਣਾ ਘਰ ਜਾਂ ਕੋਈ ਕਾਰੋਬਾਰ ਵੇਚਣਾ ਜਾਂ ਖਰੀਦਣਾ ਹੋਵੇ ਤਾਂ ਰਿਅਲਟੀ ਐਗਜ਼ੀਕਿਊਟਿਵ ਪੋਲਾਰਿਸ ਤੇ ਹਰਜੀਤ ਸੰਧੂ ਨਾਲ ਗੱਲ ਕਰੋ। ਭਰੋਸੇਮੰਦ, ਵਿਸ਼ਵਾਸ ਪਾਤਰ ਤੇ ਕਾਬਲ ਪਿਛਲੇ 12 ਸਾਲਾਂ ਤੋਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਬਿਲਡਰਸ ਤੋਂ ਨਵਾਂ ਘਰ ਖਰੀਦਣ ਅਤੇ ਮੋਰਗੇਜ ਵਗੈਰਾ ਲਈ ਵੀ ਤੁਹਾਡੀ ਪੂਰੀ ਤਰ੍ਹਾਂ ਸਹਾਇਤਾ ਕਰ ਸਕਦੇ ਨੇ। ਆਪਣੇ ਘਰ ਦੀ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਅੱਜ ਹੀ ਹਰਜੀਤ ਸੰਧੂ ਨੂੰ ਫੋਨ ਕਰੋ 780-233-3100 233-3100। ਫਿਰ ਵਿਜ਼ਿਟ harjeetsandhu.com। ਆਪਣੇ ਸੁਪਨਿਆਂ ਦੇ ਘਰ ਦੀ ਚਾਬੀ ਲਓ ਹਰਜੀਤ ਸੰਧੂ ਤੋਂ। ਆਥੈਂਟਿਕ ਈਸਟ ਇੰਡੀਅਨ ਕੁਜ਼ੀਨ, ਹਰ ਪ੍ਰਕਾਰ ਦੇ ਸਵਾਦਿਸ਼ਟ ਈਸਟ ਇੰਡੀਅਨ ਖਾਣੇ ਲਈ ਦਾਵਤ ਰੈਸਟੋਰੈਂਟ ਤੁਹਾਨੂੰ ਦਾਵਤ ਦਿੰਦਾ ਹੈ। ਹਰ ਤਰ੍ਹਾਂ ਦੀ ਕੇਟਰਿੰਗ ਦਾ ਵੀ ਪੂਰਾ ਪ੍ਰਬੰਧ ਹੈ। ਵਧੇਰੇ ਜਾਣਕਾਰੀ ਲਈ ਫੋਨ ਕਰੋ ਮਿੰਟੂ ਕਾਲੂ ਨੂੰ। ਫੂਡ ਇਜ਼ ਗ੍ਰੇਟ, ਰੀਲੀ ਇੰਜੋਇੰਗ ਇਟ। ਸੋ ਆਈ ਥਿੰਕ ਦ ਫੈਕਟ ਦੈਟ ਵੀਵ ਬੀਨ ਕਮਿੰਗ ਹੇਅਰ ਫॉर ਲੰਚ ਏਵਰੀ ਫ੍ਰਾਈਡੇ। ਡਾਈਵਰਸ, ਇਟਸ ਯਾ, ਇਟਸ ਗੁੱਡ। Sag Paneer, I think, is one of our favorites. 780-469-3517. White Avenue upar sthit Daawat. 10015 82nd Avenue. Daawat. Looking for high-quality, fully customizable windows and doors for your next project? Come visit Durable Windows and Doors. Paaji, tussi aaye ho nave te tax bharan da time aa gaya. Tussi apne tax purposes layi sirf KP accounting wale kol hi jana. Aa lo unna da card. Are you satisfied now? It's more than enough. Kapil ji, you're the best. Thank you, Kapil sir. Tusi te kamal karde ho. Thank you. Thank you very much. You're one of the best accountants I ever found. KP Accounting and Tax Services da nawa pata hai 9218 34th Avenue. Te phone number 780-469-2677. Where it's all about you. We value service, style, and innovation.
and we'll work closely with you to help your vision come to life. With two convenient locations in Edmonton, our team will ensure your new windows and doors encourage friends and neighbors to take notice. Visit a design gallery today or schedule an in-home consultation. Call us at 1-800-544-3815 or visit our website at durabiltwindows.com. संदीप फर्नीचर एडमिंटन विच पिछले 25 सालों तो भाईचारे दी सेवा करदे आ रहे ने सिर्फ असी बेचते हां कस्टम फर्नीचर ब्रांड्स जिमे की एशले सर्टा सीली असी तानू दे सकते हां हाई क्वालिटी प्रोडक्ट वधिया कीमता ते असी किसी भी एडवर्टाइज्ड प्राइस नू मीट या बीट करांगे ऑनलाइन विजिट करो sandeepfurniture.ca फेसबुक ते फॉलो करो या निजी तौर ते आओ साडे वड्डे शोरूम विच पता 9908 65 एवेन्यू 9908 बैंट एवेन्यू. ਚਿਹਰੇ ਉੱਤੇ ਕਿਸੇ ਵੀ ਤਰ੍ਹਾਂ ਦੇ ਦਾਗ ਜਾਂ ਛਾਈਆਂ ਨਾਲ ਪਰੇਸ਼ਾਨ ਹੋ ਤਾਂ ਡਾਕਟਰ ਨਰਪਿੰਦਰ ਹੰਸ ਨੂੰ ਮਿਲੋ. ਡਾਕਟਰ ਹੰਸ ਜੋ ਕਿ ਸਕਿਨ ਕੇਅਰ ਲਈ ਕਈ ਸੇਵਾਵਾਂ ਪ੍ਰਦਾਨ ਕਰਦੇ ਹਨ ਜਿਵੇਂ ਕਿ ਬੋਟੌਕਸ, ਐਕਨੀ ਥੈਰੇਪੀ, ਬਲੂ ਯੂ, ਵੈਸਕੂਲਰ ਐਂਡ ਪਿਗਮੈਂਟਡ ਲੇਸ਼ਨਸ, ਲੇਜ਼ਰ ਹੇਅਰ ਰਿਮੂਵਲ, ਥਰਮਾਸ਼, ਮਾਈਕਰੋ ਲੇਜ਼ਰ ਪੀਲਸ, ਮੈਸੋਥੈਰੇਪੀ. MD ਲੇਜ਼ਰ ਸਕਿਨ ਐਂਡ ਵੇਨ ਕਲੀਨਿਕ, ਐਡਰੈਸ ਯੂਨਿਟ ਨੰਬਰ 201-728-91 ਸਟ੍ਰੀਟ, ਸਾਊਥ ਵੈਸਟ, ਐਡਮਿੰਟਨ. ਫੋਨ ਨੰਬਰ 7804400556. ਦੋਸਤੋ, ਵਤਨ ਟੀ ਵੀ ਪ੍ਰੋਗਰਾਮ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਤੁਸੀਂ ਵੇਖ ਚੁੱਕੇ ਹੋ ਅਲਬਰਟਾ ਪਾਰਟੀ ਦੇ ਐਡਮਿੰਟਨ ਮੈਡਲਸ ਤੋਂ ਉਮੀਦਵਾਰ ਅੰਮ੍ਰਿਤ ਮਠਾਰੂ ਵੱਲੋਂ ਲਾਂਚ ਕੀਤੀ ਹੋਈ ਕੈਂਪੇਨ ਦੀਆਂ ਕੁਝ ਝਲਕੀਆਂ. ਅਤੇ ਐਡਮਿੰਟਨ ਤੋਂ ਹੀ ਐਡਮਿੰਟਨ ਐਲਵਰਜ਼ਲੀ ਤੋਂ ਅਲਬਰਟਾ ਪਾਰਟੀ ਦੇ ਉਮੀਦਵਾਰ ਜਸ਼ ਸ਼ਰਮਾ ਜੀ ਆਪਣੀ ਕੈਂਪੇਨ ਦੇ ਵਿੱਚ ਪੂਰੀ ਤਰ੍ਹਾਂ ਰੁੱਝੇ ਹੋਏ ਨੇ ਅਤੇ ਬਹੁਤ ਸਰਗਰਮ ਨੇ ਐਡਮਿੰਟਨ ਐਲਵਰਜ਼ਲੀ ਦੇ ਹਲਕੇ ਵਿੱਚ. ਉਹਨਾਂ ਨਾਲ ਕੀਤੀ ਹੋਈ ਮੁਲਾਕਾਤ ਲਾਟ ਭਿੰਡਰ ਹੋਣਾ ਵੱਲੋਂ, ਆਓ ਲੈ ਕੇ ਹਾਜ਼ਰ ਹਾਂ ਉਸ ਇੰਟਰਵਿਊ ਦੇ ਕੁਝ ਇੱਕ ਅੰਸ਼. ਗੱਲਬਾਤ ਕਰਨ ਜਾ ਰਹੇ ਹਾਂ ਯਸ਼ ਸ਼ਰਮਾ ਹੋਣਾ ਦੇ ਨਾਲ, ਜਿਹੜੇ ਕਿ ਅਕਲੇਮਡ ਕੈਂਡੀਡੇਟ ਨੇ, ਯਾਨੀ ਕਿ ਉਮੀਦਵਾਰ ਐਲਾਨੇ ਗਏ ਨੇ ਐਡਮਿੰਟਨ ਐਲਰਜ਼ਲੀ ਹਲਕੇ ਤੋਂ ਅਲਬਰਟਾ ਪਾਰਟੀ ਵੱਲੋਂ. ਆਓ ਗੱਲਬਾਤ ਕਰਦੇ ਹਾਂ ਯਸ਼ ਜੀ. ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਲਾਟ ਜੀ, ਔਰ ਸਾਰੇ ਤੁਹਾਡੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ. ਇਹ ਪਾਰਟੀ ਜਿਹੜੀ ਆ ਨਵੀਂ ਵੀ ਨਹੀਂ ਕਹਿ ਸਕਦੇ, ਲੇਕਿਨ ਨਵੀਂ ਵੀ ਹੈ ਆ, ਕਿਉਂਕਿ ਪਹਿਲੋਂ ਪਾਰਟੀਆਂ ਰਵਾਇਤੀ ਪਾਰਟੀਆਂ ਦੂਸਰੀਆਂ ਪੀ ਸੀ ਜਿਹੜੀ ਕਿ ਹੁਣ ਯੂ ਸੀ ਪੀ ਬਣ ਗਈ ਹੈ, ਐੱਨ ਡੀ ਪੀ ਲਿਬਰਲ ਸੀ, ਅਤੇ ਹੁਣ ਅਲਬਰਟਾ ਪਾਰਟੀ ਜਿਹੜੀ ਹੈ ਇਸ ਵੇਲੇ ਕਾਫੀ ਜ਼ੋਰਾਂ 'ਤੇ ਲੱਗ ਰਹੀ ਹੈ, ਅਤੇ ਤੁਸੀਂ ਵੀ ਕਾਫੀ ਭੱਜ ਦੌੜ ਕਰ ਰਹੇ ਹੋ, ਡੋਰ ਨੋਕਿੰਗ ਕਰ ਰਹੇ ਹੋ, ਦੱਸੋ ਕਿਹੋ ਜਿਹਾ ਰਿਸਪੋਂਸ ਮਿਲ ਰਿਹਾ ਡੋਰਾਂ 'ਤੇ? ਲਾਟ ਜੀ, ਬਹੁਤ ਵਧੀਆ ਰਿਸਪੋਂਸ ਹੈ, ਔਰ ਮੈਂ ਕਾਫੀ ਮਹੀਨੇ ਤੋਂ ਹੀ ਕਰ ਰਿਹਾ ਡੋਰ ਨੋਕਿੰਗ, ਔਰ ਲੋਕਾਂ 'ਚ ਉਤਸ਼ਾਹ ਬੜਾ, ਲੋਕ ਤੰਗ ਆਏ ਦੇ ਆ, ਕਿਉਂਕਿ ਜਿਹੜਾ ਫਿਸਕਲ ਰਿਸਪੋਂਸੀਬਿਲਿਟੀ ਹੈ ਉੱਥੋਂ ਜਿਹੜੀ ਕਾਬਜ਼ ਪਾਰਟੀ ਉਹ ਹਟ ਚੁੱਕੀ ਹੈ. 2023 ਤਾਈਂ 100 ਬਿਲੀਅਨ ਜਿਹੜਾ ਉਹ ਡੈਫੀਸਿਟ ਹੋ ਜਾਏਗਾ, ਔਰ ਜਿਵੇਂ ਪਾਈਪ ਲਾਈਨ ਦਾ ਤੁਹਾਨੂੰ ਪਤਾ ਹੀ ਹੈ, ਪਾਈਪ ਲਾਈਨ ਦਾ ਖਲਾਰਾ ਪੈ ਚੁੱਕਿਆ, ਆਉਣ ਵਾਲੇ 2-2.5 ਸਾਲ ਹੋਰ ਲੱਗ ਜਾਣੇ ਆ ਪਾਈਪ ਲਾਈਨ ਆਉਣ ਨੂੰ. ਸੋ 50% ਜਿਹੜੇ ਅਲਬਰਟਨ ਹੈ ਔਰ ਜਿਹੜੇ ਡੋਰ ਨੋਕ ਮੈਂ ਕੀਤੇ ਆ, ਉਹਨਾਂ ਨੂੰ ਇਹੀ ਫਿਕਰ ਹੈ ਕਿ ਪਾਈਪ ਲਾਈਨ ਆਏਗੀ ਕਿ ਨਹੀਂ, ਔਰ ਇਕੋਨੋਮੀ ਦਾ ਕੀ ਪੜੇਗਾ. 25% ਜਿਹੜੇ ਆ ਜੀ, ਉਹ ਇਹੀ ਸੋਚਦੇ ਆ ਕਿ ਪਤਾ ਨਹੀਂ ਪਾਈਪ ਲਾਈਨ ਸ਼ਾਇਦ ਨਾ ਹੀ ਆਏ, ਇਸ ਕਰਕੇ ਪਾਈਪ ਲਾਈਨ ਜਿਹੜੀ ਹੈ ਐਡਮਿੰਟਨ ਤੋਂ ਬਜਾਏ BC ਤੋਂ ਸ਼ੁਰੂ ਕਰਨੀ ਚਾਹੀਦੀ ਹੈ, ਤਾਂ ਕਿ ਜਿਹੜੀਆਂ ਵਿੱਚ ਔਕੜਾਂ ਉਹ ਬੰਦ ਹੋ ਸਕਣ. ਸਾਨੂੰ ਉਹ ਵੈਲਕਮ ਕਰ ਰਿਹਾ, ਕਿਉਂਕਿ ਸਾਡਾ ਜਿਹੜਾ ਲੀਡਰ ਹੈ ਸਟੀਵਨ ਮੈਂਡਲ, ਉਹ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ 3 ਵਾਰੀ ਮੇਅਰ ਰਹਿ ਚੁੱਕਿਆ, ਅਲਬਰਟਾ ਹੈਲਥ ਮਿਨਿਸਟਰ ਰਹਿ ਚੁੱਕਿਆ, ਇਹ ਬਹੁਤ ਤਜਰਬੇਕਾਰ ਬੰਦਾ ਹੈ ਜਿਹਨੇ ਆ ਕੇ ਪਾਰਟੀ 'ਚ ਪ੍ਰਾਣ ਫੂੰਕੇ ਹੈ. ਸਾਡਾ ਇੱਕੋ MLA ਹੁੰਦਾ ਸੀ ਕੌਕਸ 'ਚ, ਸਾਡੇ 3 MLA ਹੈ, ਔਰ ਸਾਡੇ ਜਿਹੜੇ ਡਿਕਲੇਅਰਡ ਕੈਂਡੀਡੇਟ ਹੈ ਉਹ 25-30 ਹੋ ਚੁੱਕੇ ਆ, ਅਸੀਂ 87 ਸੀਟਾਂ 'ਤੇ ਹੀ ਆਪਣੇ ਕੈਂਡੀਡੇਟ ਲੈ ਕੇ ਆਉਂਦੇ ਹਾਂ, ਔਰ ਬੜਾ ਠੀਕ ਹੈ ਜੀ. ਲੋਕ ਜਿਹੜੇ ਸਵਾਲ ਪੁੱਛਦੇ ਆ ਜਾਂ ਗੱਲਬਾਤ ਕਰਦੇ ਆ, ਉਹਦੇ ਬਾਰੇ ਦੱਸੋ ਕਿ ਕੀ ਉਹਨਾਂ ਦਾ ਹੈਗਾ ਰਿਸਪੋਂਸ? ਦੇਖੋ ਜੀ, ਜਿਹੜੀ ਹੈਲਥ ਐਂਡ ਐਜੂਕੇਸ਼ਨ, ਤਾਂ ਉਹ ਤਾਂ ਸਬਜੈਕਟ ਹੈਗਾ ਹੀ ਹੈ ਜਿਹੜੇ ਪ੍ਰੋਵਿੰਸ਼ੀਅਲ ਸਰਕਾਰ ਦੇ ਹੁੰਦੇ ਆ, ਉਹਦੇ ਤੋਂ ਹਟ ਕੇ ਲੋਕ ਜ਼ਿਆਦਾ ਵਰਿਡ ਹੈ ਇਕੋਨੋਮੀ ਨੂੰ ਲੈ ਕੇ, ਕਿਉਂਕਿ ਜਿਹੜੇ ਛੋਟੇ ਬਿਜ਼ਨਸ ਹੈ ਉਹ ਬੰਦ ਹੋ ਚੁੱਕੇ ਦੇ ਹੈ, ਲੋਕ ਜਿਹੜੇ ਆ ਜੋਬਲੈਸ ਹੋ ਚੁੱਕੇ ਦੇ ਹੈ, ਆਉਣ ਵਾਲੇ ਸਮੇਂ 'ਚ ਵੀ ਜਿਹੜਾ ਹਨੇਰਾ ਹੀ ਦਿਖ ਰਿਹਾ, ਜਿਵੇਂ ਮੈਂ ਪਾਈਪ ਲਾਈਨ ਦੀ ਤੁਹਾਡੇ ਨਾਲ ਗੱਲ ਕੀਤੀ, ਔਰ ਜਿੱਥੇ ਵੀ ਅਸੀਂ ਪੁੱਛਦੇ ਹਾਂ ਤੁਹਾਡੀ ਹੋਰ ਕੋਈ ਗੱਲ ਦੱਸੋ, ਉਹ ਕਹਿੰਦੇ ਜੀ ਸਾਨੂੰ ਪਹਿਲੇ ਤੁਸੀਂ ਜੋਬਸ ਦੀ ਗੱਲ ਕਰੋ, ਦੂਜਾ ਪਾਈਪ ਲਾਈਨ ਨੇ ਜਿਹੜਾ ਸੀਗਾ ਉਹ ਇੱਕ ਬਿਜ਼ਨਸ ਇੱਥੇ ਲੈ ਕੇ ਆਉਣੇ ਸੀਗੇ, ਔਰ ਇਨਵੈਸਟਰ ਕੌਨਫੀਡੈਂਸ ਜਿਹੜਾ ਬਿਲਕੁਲ ਸ਼ੇਕ ਹੋ ਚੁੱਕਿਆ ਹੈ.
ਸੋ ਸਾਡੀ ਪਾਰਟੀ ਜਿਹੜੀ ਆ ਫਾਈਨੈਂਸ਼ਲੀ ਕੰਜ਼ਰਵੇਟਿਵ ਰਹੇਗੀ, ਸੋਸ਼ਲੀ ਰਿਸਪੋਂਸੀਬਲ ਰਹੇਗੀ। NDP ਜਿਹੜੀ ਆ ਉਹ ਜਿਵੇਂ ਲੈਫਟ ਵਾਲੇ ਪਾਸੇ, UCP ਰਾਈਟ ਵਾਲੇ ਪਾਸੇ ਆ, ਅਤੇ ਤੁਹਾਡੀ ਪਾਰਟੀ ਜਿਹੜੀ ਆ ਇਹ ਵਿਚਾਲੇ ਇੱਧਰੋਂ ਉੱਧਰੋਂ ਸਾਰਿਆਂ ਦੇ ਨਾਲ ਰਲ ਕੇ ਕੰਮ ਕਰੇਗੀ। ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਪੋਲਰਾਈਜੇਸ਼ਨ ਇੰਨੀ ਹੋ ਚੁੱਕੀ ਹੈ ਪੋਲੀਟਿਕਸ ਦੀ, ਲੋਕਾਂ 'ਚ ਐਂਗਰ ਬਹੁਤ ਹੈ, ਹੇਟਰ ਬਹੁਤ ਹੈ। ਅਸੀਂ ਜਿਹੜੀ ਸੈਂਟਰਿਸਟ ਅਪਰੋਚ ਲੈ ਕੇ ਆਵਾਂਗੇ, ਅਸੀਂ ਸਾਰਿਆਂ ਨੂੰ ਨਾਲ ਰੱਖ ਕੇ, ਯਾਨੀ ਕਿ ਜਿਹੜਾ ਖੱਬੀ ਪੱਖ ਹੈ ਜਿਵੇਂ ਯੂਨੀਅਨ ਹੈ, ਜਾਂ ਸੱਜੇ ਪਾਸੇ ਜਿਹੜੀਆਂ ਕਾਰਪੋਰੇਸ਼ਨ ਹੈ, ਉਹਨਾਂ ਦੋਨਾਂ ਦੇ ਨਾਲ ਰੱਖ ਕੇ ਅਸੀਂ ਜਿਹੜੀ ਅਲਬਰਟਾ ਦੀ ਗਰੋਥ ਲੈ ਕੇ ਆਵਾਂਗੇ। ਤੁਸੀਂ ਸਮਝਦੇ ਹੋ ਕਿ ਅਸੀਂ ਜਿਵੇਂ ਆਪਣੇ ਵਿਊਰ ਜਿਹੜੇ ਸਾਡੇ ਹੈਗੇ ਨੇ ਵਤਨ TV ਦੇ, ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਅਖੀਰ 'ਤੇ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਕਿ ਤੁਹਾਡੀ ਆਉਣ ਵਾਲੀ ਜਿਹੜੀ ਚੋਣ ਆ ਅਗਲੇ ਸਾਲ ਉਹਦੇ ਵਿੱਚ ਤੁਹਾਡਾ ਸਹਿਯੋਗ ਦੇ ਸਕਣ? ਇਹ ਅਲਬਰਟਾ ਦੇ ਵਿਊਰਸ ਨੂੰ ਜੀ ਸਾਡਾ ਤਹਿ ਦਿਲੋਂ ਮੈਸੇਜ ਇਹੀ ਹੈ ਕਿ ਸਾਡੇ ਨਾਲ ਹੁੰਮ ਆ ਕੇ ਸਾਡੇ ਨਾਲ ਜੁੜੋ। ਅਸੀਂ ਇੱਕ ਅਲੱਗ ਲਹਿਰ ਲੈ ਕੇ ਆ ਰਹੇ ਹਾਂ, ਇੱਕ ਸੀਜ਼ਨਡ ਪੋਲੀਟੀਸ਼ੀਅਨ ਲੈ ਕੇ ਆ ਰਹੇ ਹਾਂ ਜਿਹੜਾ ਅਲਬਰਟਾ ਨੂੰ ਬਿਲੋਂਗ ਕਰਦਾ। ਸਾਡਾ ਲੀਡਰ ਜਿਹੜਾ ਪੈਰਾਸ਼ੂਟਡ ਨਹੀਂ ਹੈ, ਔਰ ਐਡਮਿੰਟਨ ਨੂੰ ਵਰਲਡ ਮੈਪ 'ਤੇ ਲਿਆਉਣ ਵਾਲਾ ਸਟੀਵਨ ਮੈਂਡਲ ਹੈ, ਇੱਕ ਸਾਲ ਹੈਲਥ ਮਿਨਿਸਟਰ ਵੀ ਰਹੇ ਹੈ। 60% ਬਜਟ ਜਿਹੜਾ ਹੈਲਥ 'ਤੇ ਲੱਗਦਾ ਜਿਹੜਾ ਪ੍ਰੋਵਿੰਸ ਦਾ, ਇਸ ਕਰਕੇ ਉਹਦੇ 'ਚ ਵੀ ਕੁਛ ਅਸੀਂ ਰੱਦੋ ਬਦਲ ਕਰਾਂਗੇ, ਔਰ ਆਉਣ ਵਾਲਾ ਸਮੇਂ ਜਿਹੜਾ ਬੜਾ ਸੁਖਾਵਾਂ ਹੋਏਗਾ ਅਲਬਰਟਨਸ ਦੇ ਲਈ। Hello, I'm MLA Rod Loyola, and I have the pleasure of being here at Village of India restaurant, and to honor our esteemed guest that we have here, Mr. Ranjit Singh, who of course is an Olympian from India and visiting here to Edmonton and the province of Alberta. It's always a pleasure to have international guests here in the province and honor them when they do come, because of course, as we all know, we are, even though we're here in Edmonton, we're an international community, and we have people from all over the world that call Alberta home. We want to make sure that everyone feels included and welcomed. So it's an incredible honor for me to present Mr. Ranjit Singh with this certificate of recognition for his dedication to sports and his track record as an Olympian. We're very excited to have him here. ਮੈਂ ਬਹੁਤ ਧੰਨਵਾਦ ਕਰਦਾ ਹਾਂ MLA ਸਾਹਿਬ ਦਾ, ਜਿਨੇ ਇੱਥੇ ਮੇਰਾ ਐਡਮਿੰਟਨ ਦੇ ਵਿੱਚ ਆਉਣ ਤੇ ਸਵਾਗਤ ਕੀਤਾ ਹੈ। ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਹਾਂ। ਦੇਖੋ, ਪ੍ਰੋਗਰੈਸ ਦੀ ਤਾਂ ਜਿਹੜਾ ਇਸ ਟਾਈਮ ਜੋ ਇੰਡੀਆ ਦੀ ਆਪਣੀ ਚੱਲ ਰਹੀ ਹੈ, ਬਹੁਤ ਵਧੀਆ ਚੱਲ ਰਹੀ ਹੈ, ਪਰ ਇੱਥੇ ਦੀ ਵੀ ਜੋ ਮੈਂ ਐਡਮਿੰਟਨ ਦੇ ਵਿੱਚ ਆਪਣਾ ਸਪੋਰਟਸ ਅੱਜ ਵੀ ਦੇਖਿਆ, ਆਪਣਾ ਇਨਡੋਰ ਹਾਲ ਵਗੈਰਾ, ਅਤੇ ਇੰਨੀਆਂ ਜਿਹੜੀਆਂ ਚੀਜ਼ਾਂ ਡਿਵੈਲਪਮੈਂਟ ਕਰਨ ਦੀ ਲੋੜ ਤਾਂ ਹੈ ਇੰਡੀਆ ਦੇ ਵਿੱਚ। ਕਦੇ ਕਦੇ ਇੱਦਾਂ ਦਾ ਸਬੱਬ ਬਣਦਾ ਕਿ ਸਾਡੇ ਪੰਜਾਬ ਤੋਂ ਕਾਬਲ ਵਿਅਕਤੀ ਪਹੁੰਚਦੇ ਆ ਇੱਥੇ ਲੰਬੇ ਤਜਰਬੇ ਤੋਂ ਬਾਅਦ, ਅਤੇ ਸਾਨੂੰ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਰਦਾਰ ਰਣਜੀਤ ਸਿੰਘ, ਸੂਬੇਦਾਰ ਰਣਜੀਤ ਸਿੰਘ ਸਾਡੇ ਪਾਸ ਪਹੁੰਚੇ ਆ ਸਾਡੇ ਸ਼ਹਿਰ ਦੇ ਵਿੱਚ। ਤੁਹਾਨੂੰ ਆਪਣੇ ਸਫ਼ਰ ਬਾਰੇ ਦੱਸੋ ਜ਼ਿੰਦਗੀ ਦਾ, ਤੁਸੀਂ ਹੁਣ ਇੱਥੇ ਰਿਟਾਇਰਮੈਂਟ ਲੈ ਕੇ ਵਿਜ਼ਿਟ ਕਰਨ ਆਏ ਹੋ ਸਾਡੇ ਸ਼ਹਿਰ ਦੇ ਵਿੱਚ, ਪਹਿਲਾਂ ਤਾਂ ਆਪਣੇ ਪ੍ਰਭਾਵ ਦੱਸੋ ਕਿ ਕਿਹੋ ਜਿਹਾ ਲੱਗਾ ਕੈਨੇਡਾ ਅਤੇ ਕਿਹੋ ਜਿਹਾ ਲੱਗਾ ਐਡਮਿੰਟਨ ਪੰਜਾਬ ਦੇ ਵਿੱਚੋਂ ਆ ਕੇ? ਦੇਖੋ ਜੀ, ਪੰਜਾਬ 'ਚੋਂ ਆ ਕੇ ਕੈਨੇਡਾ ਦਾ ਮੈਨੂੰ ਬਹੁਤ ਚੰਗਾ ਲੱਗਿਆ। ਕੈਨੇਡਾ ਦੇਖਣ ਦੀ ਇੱਕ ਬਹੁਤ ਬੜੀ ਤਾਂਗ ਸੀ, ਅਤੇ ਕਾਫੀ ਦਿਨਾਂ ਤੋਂ ਜਦੋਂ ਜਹਿਦ ਨਾਲ ਬੇਟੇ ਨੇ ਆਪਣਾ ਵੀਜ਼ਾ ਭੇਜਿਆ, ਜਿਹਦੇ ਹਿਸਾਬ ਨਾਲ ਅਸੀਂ ਇੱਥੇ ਆਏ ਹੈ, ਔਰ ਐਡਮਿੰਟਨ ਦੇ ਵਿੱਚ ਮੈਂ ਰਹਿ ਰਿਹਾ, ਔਰ ਐਡਮਿੰਟਨ ਇੱਕ ਇੰਨੀ ਵਧੀਆ ਜਗ੍ਹਾ ਹੈ ਕਿ ਮੈਂ ਆਪਣੇ ਪੰਜਾਬੀਆਂ ਨੂੰ ਵੀ ਜਾ ਕੇ ਪੰਜਾਬ 'ਚ ਜਾ ਕੇ ਦੱਸਾਂਗਾ ਜਿੰਨੀ ਸਾਫ਼ ਸੁਥਰੀ ਹੈ, ਲੋਕਾਂ ਦਾ ਪਿਆਰ ਹੈ। ਔਥੈਂਟਿਕ ਈਸਟ ਇੰਡੀਅਨ ਕੁਜ਼ੀਨ, ਹਰ ਪ੍ਰਕਾਰ ਦੇ ਸਵਾਦਿਸ਼ਟ ਈਸਟ ਇੰਡੀਅਨ ਖਾਣੇ ਲਈ ਦਾਵਤ ਰੈਸਟੋਰੈਂਟ ਤੁਹਾਨੂੰ ਦਾਵਤ ਦਿੰਦਾ ਹੈ। ਹਰ ਤਰ੍ਹਾਂ ਦੀ ਕੇਟਰਿੰਗ ਦਾ ਵੀ ਪੂਰਾ ਪ੍ਰਬੰਧ ਹੈ। ਵਧੇਰੇ ਜਾਣਕਾਰੀ ਲਈ ਫੋਨ ਕਰੋ ਮਿੰਟੂ ਕਾਲੋ ਨੂੰ। ਫੂਡਸ ਗ੍ਰੇਟ, ਰੀਲੀ ਇੰਜੋਇੰਗ ਇਟ। So I think the fact that we've been coming here for lunch every Friday. Diverse, it's, yeah, it's good. Saag Paneer, I think, is one of our favorites. 780-469-3517. White Avenue, Upar Sthit, Dawat. 10015 82nd Avenue. Dawat. Looking for high-quality, fully customizable windows and doors for your next project? Come visit Durable Windows and Doors. Welcome to Arya Banquets facility. ਜੇਕਰ ਤੁਸੀਂ ਵੈਡਿੰਗਸ, ਰਿਸੈਪਸ਼ਨਸ, ਬਰਥਡੇ ਪਾਰਟੀਜ਼, ਲੇਡੀਜ਼ ਸੰਗੀਤ, ਕਾਰਪੋਰੇਟ ਈਵੈਂਟਸ, ਬਿਜ਼ਨਸ ਲੰਚ, ਹੋਲੀਡੇ ਪਾਰਟੀਜ਼, ਗ੍ਰੈਜੂਏਸ਼ਨ ਪਾਰਟੀਜ਼ ਲਈ ਕਿਸੇ ਵਧੀਆ ਬੈਂਕੁਟ ਹਾਲ ਦੀ ਤਲਾਸ਼ ਵਿੱਚ ਹੋ, ਤਾਂ ਰਾਜਾ ਸਰਨਾ ਅਤੇ ਪਰਿਵਾਰ ਵੱਲੋਂ ਚਲਾਏ ਜਾਂਦੇ ਆਰੀਆ ਬੈਂਕੁਟ ਹਾਲ 'ਤੇ ਪਹੁੰਚੋ, ਜਿਨ੍ਹਾਂ ਨੂੰ 30 ਸਾਲ ਤੋਂ ਵੀ ਉੱਪਰ ਬੈਂਕੁਟ ਐਂਡ ਕੇਟਰਿੰਗ ਸਰਵਿਸਿਜ਼ ਦਾ ਤਜਰਬਾ ਹੈ। ਇਹ ਤੁਹਾਡੇ ਲਈ DJ ਅਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਕਰ ਸਕਦੇ ਹਨ। ਆਰੀਆ ਬੈਂਕੁਟ ਫੈਸਿਲਿਟੀ ਆਲਸੋ ਹੈਜ਼ ਨਾਈਸ ਡਾਂਸ ਫਲੋਰਸ, ਲਾਈਵ ਫੂਡ ਸਟੇਸ਼ਨਸ, ਕਾਕਟੇਲ ਬਾਰ, ਗੈਸਟ ਲਾਊਂਜ ਐਂਡ ਪਲੰਟੀ ਆਫ ਪਾਰਕਿੰਗ। ਆਪਣੇ ਅਗਲੇ ਈਵੈਂਟ ਨੂੰ ਯਾਦਗਾਰ ਬਣਾਉਣ ਲਈ ਸੰਪਰਕ ਕਰੋ ਰਾਜਾ ਸਰਨਾ ਨਾਲ 780-905-4102।
780-905-4102 ਜਾਂ ਫਿਰ ਵਿਜ਼ਿਟ ਕਰੋ ਇਹਨਾਂ ਦੀ ਵੈਬਸਾਈਟ aryabanquetsfacility.com. ਕਾਰ ਐਕਸੀਡੈਂਟ, ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ, ਤੁਸੀਂ ਕਿਸੇ ਵੀ ਕਿਸਮ ਦੀ ਪ੍ਰੋਪਰਟੀ ਖਰੀਦਣੀ ਜਾਂ ਵੇਚਣੀ ਹੋਵੇ, ਭਰੋਸੇਯੋਗ ਅਤੇ ਸਿਆਣੇ ਬਰਿਸਟਰ ਅਤੇ ਸੋਲਿਸਟਰ ਸਰਜਨ ਲੂਥਰਾ ਹੋਰਾਂ ਨੂੰ ਹਮੇਸ਼ਾ ਯਾਦ ਰੱਖੋ। ਤੁਹਾਡੀ ਕੋਈ ਵੀ ਕਾਨੂੰਨੀ ਸਮੱਸਿਆ ਲਈ ਤੁਸੀਂ ਆਪਣੇ ਸਰਜਨ ਲੂਥਰਾ ਨੂੰ ਹਮੇਸ਼ਾ ਯਾਦ ਰੱਖੋ। ਇਨ ਕੇਸ ਤੁਹਾਨੂੰ ਸਾਡੀ ਹੈਲਪ ਦੀ ਜ਼ਰੂਰਤ ਹੋਵੇ ਤਾਂ ਵੀ ਆਰ ਆਲਵੇਜ਼ ਐਟ ਯੋਰ ਸਰਵਿਸ। ਯੂ ਕੈਨ ਕਾਲ ਮੀ ਐਨੀ ਟਾਈਮ। ਮਾਈ ਫੋਨ ਨੰਬਰ ਇਜ਼ 780-466-4660। ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਸਾਰੇ ਕਲਾਇੰਟਸ ਨੂੰ ਸੈਟਿਸਫਾਈਡ ਅਤੇ ਖੁਸ਼ ਦੇਖਾਂ। ਜੀ ਹਾਂ, ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੂਥਰਾ ਲਾਅ ਆਫਿਸ। ਭਾਅ ਜੀ, ਤੁਸੀਂ ਆਏ ਹੋ ਨਵੇਂ ਅਤੇ ਟੈਕਸ ਭਰਨ ਦਾ ਟਾਈਮ ਆ ਗਿਆ। ਤੁਸੀਂ ਆਪਣੇ ਟੈਕਸ ਪਰਪਸਿਸ ਲਈ ਸਿਰਫ KP ਅਕਾਊਂਟਿੰਗ ਵਾਲਿਆਂ ਕੋਲ ਹੀ ਜਾਣਾ। ਆ ਲਓ ਉਹਨਾਂ ਦਾ ਕਾਰਡ। ਆਰ ਯੂ ਸੈਟੀਸਫਾਈਡ ਨਾਓ? ਇਟਸ ਮੋਰ ਦੈਨ ਇਨਫ। ਕਪਿਲ ਜੀ, ਯੂ ਆਰ ਦ ਬੈਸਟ। ਥੈਂਕ ਯੂ ਕਪਿਲ ਸਾਹਿਬ, ਤੁਸੀਂ ਤੇ ਕਮਾਲ ਕਰਦੇ ਹੋ। ਥੈਂਕ ਯੂ। ਥੈਂਕ ਯੂ ਵੈਰੀ ਮਚ। ਯੂ ਆਰ ਵਨ ਆਫ ਦ ਬੈਸਟ ਅਕਾਊਂਟੈਂਟਸ ਆਈ ਹੈਵ ਫਾਊਂਡ। ਕੇਪੀ ਅਕਾਊਂਟਿੰਗ ਐਂਡ ਟੈਕਸ ਸਰਵਿਸਿਜ਼ ਦਾ ਨਵਾਂ ਪਤਾ ਹੈ 9218 34th Avenue ਤੇ ਫੋਨ ਨੰਬਰ 780-469-2677। ਫੈਂਸੀ ਡੋਰਸ ਐਂਡ ਮੋਲਡਿੰਗਸ ਤੋਂ ਰੈਜ਼ੀਡੈਂਸ਼ੀਅਲ ਇੰਟੀਰੀਅਰ ਐਂਡ ਐਕਸਟੀਰੀਅਰ ਡੋਰਸ, ਬਾਈਫੋਲਡਸ, ਕਲਾਊਨ ਮੋਲਡਿੰਗਸ, ਬੇਸਬੋਰਡਸ ਤੇ ਕੇਸਿੰਗ ਦੇ ਨਾਲ ਨਾਲ ਹਰ ਕਿਸਮ ਦੀਆਂ ਐਕਸੈਸਰੀਜ਼ ਤੇ ਲੌਕਸ ਵੀ ਲੈ ਸਕਦੇ ਹੋ। ਐਟ ਫੈਂਸੀ ਡੋਰਸ ਐਂਡ ਮੋਲਡਿੰਗਸ ਵੀ ਹੈਵ ਵਰਕਡ ਔਨ ਅ ਵਾਸਟ ਵੈਰਾਈਟੀ ਆਫ ਪ੍ਰੋਜੈਕਟਸ ਥਰੂਆਊਟ ਐਲਬਰਟਾ, ਫਰਮ ਕਾਂਡੋਸ, ਰੈਜ਼ੀਡੈਂਸ਼ੀਅਲ ਹਾਈ ਰਾਈਜ਼ਸ, ਹੋਮਸ ਐਂਡ ਮੈਨੀ ਕਮਰਸ਼ੀਅਲ ਪ੍ਰੋਜੈਕਟਸ. Our experienced team here at Fancy Doors and Moldings would like to assist you on your next project. Fancy Doors and Moldings, 4421 Roper Road, 780-432-7700. Fancy Doors and Moldings. ਨਹੀਂ ਲੱਭਦਾ ਹੁਣ ਸਵੇਰੇ ਸਵੇਰੇ ਚਿੜੀਆਂ ਦਾ ਚਹਿਕਣਾ, ਸੁਗੰਧੀਆਂ ਭਰੀਆਂ ਹਵਾਵਾਂ ਦਾ ਮਹਿਕਣਾ। ਨਹੀਂ ਲੱਭਦਾ ਹੁਣ ਅਸਮਾਨ ਨਿੱਤਰੇ ਹੋਏ ਪਾਣੀ ਦੇ ਵਾਂਗੂੰ, ਨਾ ਹੀ ਲੱਭਦੇ ਨੇ ਚਿਹਰੇ ਦਗਦੇ ਹੋਏ ਸੂਰਜ ਦੇ ਵਾਂਗੂੰ। ਨਹੀਂ ਲੱਭਦਾ ਹੁਣ ਨਿਮੋਲੀਆਂ ਦੇ ਸਾਬਣ 'ਚ ਧੋਤਾ ਨਿਖਰਿਆ ਦਿਨ। ਮੀਂਹ ਪੈਣ ਤੋਂ ਬਾਅਦ ਵੀ ਲੱਗਦਾ ਹੈ ਘਸਮੈਲੀ ਜਿਹੀ ਚਾਦਰ 'ਚ ਲਿਪਟਿਆ ਦਿਨ। ਪੈਸੇ 'ਚ ਲਿਪਟੀ ਪਈ ਹੈ ਸਾਡੀ ਬਿਮਾਰ ਸੋਚ, ਫੈਕਟਰੀਆਂ ਦੇ ਧੂੰਏ ਦਾ ਅਸੀਂ ਚੁੱਕੀ ਫਿਰਦੇ ਹਾਂ ਬੋਝ। ਚਮਕ ਦਮਕ ਦੇ ਥੱਲੇ ਬੁਝੇ ਹੋਏ ਮਨ ਦੇ ਕਰੰਗ ਸਰੀਰ, ਪਰ ਅਸੀਂ ਲੋਚਦੇ ਹਾਂ ਬਣਨਾ ਸਭ ਤੋਂ ਵੱਡੇ ਅਤੇ ਜ਼ਿਆਦਾ ਅਮੀਰ। ਉੱਡ ਕੇ ਨਹੀਂ ਆ ਗਈਆਂ ਇਹ ਬਿਨ ਬੁਲਾਈਆਂ ਬੁਲਾਵਾਂ, ਸਾਡੀਆਂ ਹੀ ਸਹੇੜੀਆਂ ਅਤੇ ਸਾਨੂੰ ਹੀ ਦੇਣ ਸਜ਼ਾਵਾਂ। ਸਾਡੇ ਵਿਹੜਿਆਂ 'ਚ ਆਣ ਅਣਿਆਈ ਮੌਤ ਦਾ ਟਹਿਕਣਾ, ਡਰ 'ਚ ਘਬਰਾਏ ਲੋਕਾਂ ਦਾ ਚਿੜੀਆਂ ਵਾਂਗ ਸਹਿਕਣਾ ਬੜਾ ਬੇਚੈਨ ਕਰਦਾ ਹੈ। ਪਰ ਚਮਕ ਦਮਕ 'ਚ ਫਨੀਅਰ ਸਾਨੂੰ ਵਾਰ ਵਾਰ ਲੜਦਾ ਹੈ, ਵਾਰ ਵਾਰ ਲੜਦਾ ਹੈ। ਐਡਮਿੰਟਨ ਸ਼ਹਿਰ ਤੋਂ ਕਵੀ ਪਵਿੱਤਰ ਧਾਲੀਵਾਲ ਦੀ ਇਸ ਰਚਨਾ ਦੇ ਨਾਲ ਅੱਜ ਦਾ ਇਹ ਵਤਨ ਟੀ ਵੀ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਆਪ ਸਭ ਤੋਂ ਆਗਿਆ ਚਾਹਾਂਗਾ। ਆਪ ਸਭ ਦੇ ਕੀਮਤੀ ਸੁਝਾਅ ਸਾਨੂੰ ਹਮੇਸ਼ਾ ਹੀ ਲੋੜੀਦੇ ਨੇ ਅਤੇ ਅਸੀਂ ਆਸ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਵੇਖ ਕੇ ਤੁਸੀਂ ਆਪਣੇ ਕੀਮਤੀ ਸੁਝਾਅ ਸਾਡੇ ਤੱਕ ਜ਼ਰੂਰ ਪਹੁੰਚਦੇ ਕਰੋਗੇ। ਸਾਡਾ ਫੋਨ ਨੰਬਰ 780-233-3100, ਈਮੇਲ ਐਡਰੈਸ info@watantvcanada.com। ਅਗਲੇ ਹਫ਼ਤੇ ਫਿਰ ਮਿਲਦੇ ਹਾਂ, ਉਦੋਂ ਤੱਕ ਤੁਹਾਡਾ ਸਾਡਾ ਸਾਰਿਆਂ ਦਾ ਹੀ ਰੱਬ ਰਾਖਾ। ਉੱਡਦਾ ਤੇ